ਸੁਖਲਾ ਕੰਮ ਹੈ ਅਰਥ ਨਾਲ ਰਹਿਣਾ, ਅਰਥ ਨਾਲ ਜਿਉਣਾ, ਆਪਣਾ ਹੱਕ ਪ੍ਰਾਪਤ ਕਰਨਾ, ਕਿਸੇ ਦਾ ਹੱਕ ਖੋਣਾ ਨਹੀਂ, ਮਜ਼ਲੂਮ ਤੇ ਤਰਸ ਕਰਨਾ, ਜ਼ਾਲਮ ਨੂੰ ਸੋਧਾ ਲਾਉਣਾ, ਪਰ ਉਸ ਗੁਰੂ ਦੇ ਸਿੱਖ ਹੋਈਏ। ਇੱਥੇ ਕੁਝ ਹੋਰ ਕਹੀਏ ਤੇ ਬਾਹਰ ਜਾ ਕੇ ਕੁਝ ਆਪਣੀ ਬੋਲੀ ਹੋਰ ਹੋਵੇ। ਇਹ ਤਾਂ ਆਪਾਂ ਪੁੱਤਰ ਹਾਂ ਗੁਰੂ ਦੇ ਤੇ ਸ਼ਹੀਦਾਂ ਦੇ ਖੁੱਲੇ ਖੂਨ ਨਾਲ ਪਿਆਰ ਤੇ ਸਤਿਗੁਰੂ ਦੇ ਸਿੱਖ। ਫਿਰ ਤਾਂ ਬਾਣੀ ਪੜ੍ਹੋ ਤੇ ਕਰੜਾ ਪ੍ਰਚਾਰ ਕਰੋ, ਦਸ ਕਰੋ ਸੱਚਾਈ ਦਾ, ਝੂਠਾ ਨਹੀਂ ਕਿਸੇ ਚੱਕਣਾ ਸੁੱਟੋ।